ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਜ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤੇ ਵੀਰ ਜੀ, ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਤਿੰਮੋਵਾਲ, ਜ਼ਿਲ੍ਹਾ ਅੰਮ੍ਰਿਤਸਰ ਪੈਂਦੇ, ਤਹਿਸੀਲ ਬਾਬਾ ਬਕਾਲਾ। ਇਹਨੇ ਵੀਰੇ ਅੱਗੇ ਵੀਡੀਓ ਬਣਾਈਆਂ ਜੀ ਆਪਾਂ। ਅੱਜ ਵੀ ਦੇਖੋ 5-6 ਲੱਖ ਪਾ ਕੇ ਪਸ਼ੂ ਸੇਲ ਆ, ਪਰ ਪਸ਼ੂ ਹੁੰਦੇ ਬਿਲਕੁਲ ਨਿੱਕੇ ਨਿੱਕੇ ਰੇਟ ਵਾਲੇ। ਅਤੇ ਹੁਣ ਵੀਰ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ, ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਵੀਰ ਜੀ, ਰਿਕੈਸਟਰ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਖਰੀਦੋ, ਨਾਲੇ ਵੀਡੀਓ ਬਾਅਦ ਸ਼ੇਅਰ ਕਰਦਿਆ ਕਰੋ, ਚਲੋ ਗਾਹ ਨੂੰ ਵੀਰ ਦਾ ਫਾਇਦਾ ਹੋ ਸਕੇ। ਹੁਣ ਬਾਈ ਜੀ ਨੇ ਗੱਲਬਾਤ ਕਰੀਏ। ਬਾਕੀ ਰੇਟ ਵਿਕਣਾ ਭਾਜੀ, ਹਨਾ ਜੀ, ਰੇਟ ਤੁਹਾਡਾ ਹੁਣ ਬਿਲਕੁਲ ਜੀ, ਆਪੇ ਗਾਹਕ ਆਪੇ ਗਾਹਕ ਗਲਤ ਕੰਮ ਕਰਾਂਗੇ ਫਿਰ। ਨਾ ਗਲਤ ਕੰਮ ਭਾਜੀ, ਪਰ ਤੁਹਾਨੂੰ ਪਤਾ ਕਿੰਨਾ ਟਾਈਮ ਹੁੰਦਾ, ਗਲਤ ਕੰਮ ਜਿਹੜੇ ਭਾਜੀ ਹੁੰਦੇ ਆਪ ਹੀ ਛੱਡੀ ਜਾਈਦੇ ਆ, ਹਨਾ ਜੀ, ਮੋਜਾ ਲਓ ਬਸ ਨਹੀਂ ਸਹੀ ਗੱਲ। ਹਾਂ ਬਿਲਕੁਲ ਜੀ, ਚਲੋ ਅੱਜ ਭਾਜੀ ਕਿੰਨੀਆਂ ਫਿਰ? ਅੱਜ ਸੁਦੀਪ ਜੀ ਆਪਣੇ ਕੋਲ 4 ਮੱਝਾਂ ਜੇ ਤੇ 1 ਗਊ ਜੇ, 5 ਡੰਗਰ, 5 ਪਸ਼ੂ, ਮੱਝਾਂ 7 ਹੀ, ਮਤਲਬ 2 ਵਿਕ ਗਈਆਂ, 2 ਵਿਕ ਗਏ, 2 ਸੇਲ ਹੋ ਗਈਆਂ। ਚਲੋ ਕਰੀ ਸ਼ੁਰੂ ਜੀ, ਫਿਰ ਦੱਸੋ ਭਾਜੀ, ਫਿਰ ਇਹ ਗੱਬਣਾ ਜੀ? ਨਹੀਂ ਜੀ, ਇਹ ਸੂਈ ਜੇ ਰਾਤ ਦੀ 12 ਵਜੇ ਦੀ। ਅੱਛਾ, 12 ਵਜੇ ਸੂਈ ਜੇ ਮਗਰ ਕੱਟੀ ਜੇ ਨੇ, ਠੀਕ ਆ, ਸਿਰੇ 3 ਕਿਲੋ ਬੋਲਾ ਚ ਆ ਜਾ ਜੀ। ਅੱਛਾ, ਚੰਗਾ ਦੁੱਧ ਘਰ ਜੋਣਾ ਭਾਜੀ, ਫਿਰ ਝੋਟੀ ਬਹੁਤ ਜਾਲੀ ਤਾਂ ਜੀ ਮਗਰ ਕੱਟੀ ਜੇ ਨੇ। ਹਾਂ ਦੱਸੂਗਾ, ਇਹ 2-3 ਕਿਲੋ ਚਾਹੀ ਜੇ ਜੀ। ਠੀਕ ਆ, ਤੋਰੋ ਵੀ ਦੀ ਤੋਰੋ, ਲਓ ਜੀ ਵੇਖੋ, ਕਰਿਆ ਬਾਈ ਨੇ ਫੜਕਾਰੀਆਂ ਫੁਕ ਪਾਈਆਂ ਅੱਜ। ਹਾਂ ਨਹੀਂ ਚਾਹੀਦੀ ਆ ਭਾਜੀ, ਨਾ ਦੱਸੋ ਇਹ ਕਿਹੜੀ ਗੱਲ ਆ। ਆ ਵੇਖੋ ਸੋਹਣੀ ਝੋਟੀ ਆ ਨਾ ਜੀ, ਐ ਕਾਲੀ ਸ਼ਾ, ਚੈੱਕ ਕਰੋ ਮੇਰੇ, ਆ ਦੇਖੋ ਕੱਟੀ ਮਗਰ ਤੇ ਫਾਇਦਾ। ਹਾਂ ਵੇਖ ਲਓ ਜੀ, ਪੂਰੀ ਬਣੀ ਪਈ ਹੈ ਨਾ ਜੀ। ਆ ਜਾਓ, ਚਲੋ ਚੁਆਈ ਆ, ਵਧੀਆ ਠੀਕ ਆ, ਹਾਂਜੀ ਹਾਂਜੀ, ਬਾਕੀ ਕੋਈ ਜਿਹੜਾ ਵੀ ਭਰਾ ਇੱਥੇ ਆਵੇ, ਹਾਂਜੀ ਹਾਂਜੀ, ਦੁੱਧ ਤੇ ਉਹਨਾਂ ਨੇ 12-14 ਕਿਲੋ ਗਰੰਟੀ ਦਿੱਤੀ ਆ, ਪਰ ਆਪਾਂ ਨਹੀਂ ਇੰਨੀ ਦਿੰਦੇ ਬਿਲਕੁਲ, ਕਿਉਂਕਿ ਅਜੇ ਗੱਬਣ ਕਰਕੇ ਗੱਬਣ, ਹਾਂ ਬਿਲਕੁਲ ਸਹੀ, ਰਾਤ ਦੀ ਸੂਈ ਅਸੀਂ 3 ਕਿਲੋ ਚੋਈ, ਅਸੀਂ ਗੱਬਣ ਕਰਕੇ ਦੇ ਬਿਲਕੁਲ ਬਿਲਕੁਲ ਭਾਜੀ ਬਿਲਕੁਲ, ਬਾਕੀ ਝੋਟੀ ਬਹੁਤ ਹੀ ਜ਼ਿਆਦਾ ਚੰਗੀ ਆ, ਠੀਕ ਆ, ਬਿਲਕੁਲ ਇੱਕ ਰੰਗ ਕਾਲੀ ਸਾਹ ਲਾ ਲਓ, ਬਿਲਕੁਲ ਪਿਓਰ ਮੋਰਾ ਦੇ ਵਿੱਚ ਆ, ਚਲੋ ਕੋਈ ਮਤਲਬ ਸ਼ੱਕ ਨਹੀਂ ਹੈਗਾ, ਠੀਕ ਆ ਭਾਜੀ, ਤੇ ਬਾਕੀ ਚਵਾਈ ਬੜੀ ਵਧੀਆ, ਠੰਡੀ ਧੀਰੀ ਰੱਜ ਕੇ ਦੂਜਾ ਸੁਭਾ, ਹਾਂਜੀ ਹਾਂਜੀ, ਬਾਕੀ ਸੰਦੀਪ ਦੀ ਮੁੱਲ ਕਰਨ ਦੇ ਭਾਵੇਂ ਜਿੰਨਾ ਮਰਜ਼ੀ ਕਰ ਲਈਏ, ਮੁੱਲ 95,000 ਕਰੀ ਜਾਂਦੇ ਆ, ਹਾਂਜੀ ਦੇ ਦਿਓ 90 ਦੀ, ਕਰ ਦਿਓ ਮਾਨ ਦਾ, ਤੁਸੀਂ ਦੱਸ ਆਪੀ ਦੱਸ ਦਿਓ, ਹਾਂ ਨਾ ਜੀ, ਹਾਂ ਨਾ ਜੀ, 85,000 ਦੀ ਸੰਦੀਪ ਦੀ ਝੋਟੀ ਦੇ ਦਾਂਗੇ, ਜੇ 200 ਰੁਪਇਆ ਛੋੜ, ਚਲੋ ਬਾ ਠੀਕ ਹੈ, ਬਾ ਠੀਕ ਹੈ, ਬਿਲਕੁਲ ਜੈ ਬਿਲਕੁਲ ਜੈ ਜੀ, ਹਾਂ ਹਾਂ, ਨਹੀਂ ਨਹੀਂ ਬਹੁਤ ਸੋਹਣੀ ਝੋਟੀ ਆ, ਅਜੇ ਅਜੇ ਝੋਟੀ ਬਣਨਾ ਜੀ, ਅਜੇ ਇਹ ਵਾਰ ਦੱਸੀ ਆ, ਦੇਖੋ ਗਈ ਸੀ ਝੋਟੀ 11 12 ਕਿਲੋ ਪਹਿਲਾਂ ਨੇ ਦੁੱਧ ਕੱਢਿਆ ਸੰਦੀਪ ਜੀ, ਹਾਂਜੀ ਹਾਂਜੀ, ਹਾਂ ਤੇ ਅਸੀਂ ਦੂਜਾ ਸੁਗਾ ਨਹੀਂ, ਚਲੋ ਚਲੋ ਠੀਕ, ਇਹ ਪਹਿਲਾ ਸੁਗਾ ਜੀ, ਇਹ ਪਹਿਲਾ ਸੁਗਾ ਸੰਦੀਪ ਜੀ, ਅਜੇ ਠੀਕ ਆ, ਮੂੰਹ ਛਿੱਗੀ ਅਜੇ ਪਹਿਲਾ ਸੁਗਾ, ਅਜੇ ਅੱਛਾ, ਇਹ ਵੀ ਅਜੇ ਚੌਥਾ ਦਿਨ ਸੂਈ ਨੂੰ ਇਹਨੂੰ, ਇਹਦੇ ਮਗਰ ਵੀ ਕੱਟੀ ਜੀ, ਅਜੇ ਇਹਦੇ ਮਗਰ ਵੀ ਕੱਟੀ ਆ, ਲਓ ਜੀ ਆ ਦੇਖੋ ਘਰਾਂ ਦੀ, ਪਹਿਲਾ ਸੂਆ ਤੇ ਮਗਰ ਵੀ ਕੱਟੀ, ਤੇ ਦੇਖਾ ਥਣ ਕਰਾਂ ਝੋਟੀ ਦਾ, ਆ ਚੈੱਕ ਕਰੋ ਵੱਡੀ ਝੋਟੀ ਹੈ ਭਾਜੀ, ਹੈ ਦੂਜਾ ਸੂਆ ਕੱਟੇ ਮਗਰ ਦੀ, ਪਹਿਲਾ ਸੂਆ, ਪਹਿਲਾ ਸੂਆ, ਹਾਂਜੀ ਹਾਂਜੀ, ਠੀਕ ਆ, ਆ ਦੇਖੋ ਜੀ ਕੱਟੀ ਮਗਰ ਦੇ, ਵੇਖੋ ਸੋਹਣੀ ਝੋਟੀ,
ਬਿਲਕੁਲ ਜੀ ਕਰਦਾ ਲਾਓ ਫਿਰ ਲਾਓ ਮਾੜਾ ਹੱਥ ਲਾਓ ਪਰ ਬੱਚਾ ਲਾਓ ਜੀ ਕਈ ਫਿਰ ਵਹਿਣ ਚ ਵੜ ਜਾਂਦਾ ਠੀਕ ਆ ਨਹੀਂ ਝੋਟੀਆਂ ਥਾਣੀ ਬੜਾ ਜ਼ਬਰਦਸਤ ਕੱਢਿਆ ਜੀ ਲਾਓ ਆਪਣੇ ਇਲਾਕੇ ਲਈ ਜੀ ਹਾਂਜੀ ਆਪਣੇ ਇਲਾਕੇ ਚ ਲਈ ਜੀ ਠੀਕ ਆ ਸੰਦੀਪ ਜੀ ਐ ਚੱਡੇ ਆ ਮੰਜਾਂ ਤੇ ਸਾਰੀਆਂ ਦੇ ਪੰਦਰਾਂ ਕਿਲੋ ਸੋਲਾਂ ਕਿਲੋ ਸਤਾਰਾਂ ਕਿਲੋ ਅਠਾਰਾਂ ਕਿਲੋ ਇੱਥੇ ਜਦੋਂ ਥੱਲੇ ਇਹਨੂੰ ਝੋਟੀ ਕੋਈ 11-12 ਕਿਲੋ ਐ ਹੋਲੇ ਬਹੁਤਾ ਵਾ ਠੀਕ ਆ ਇੱਥੇ ਘੁਮਾ ਲੈ ਜੀ ਬਾਕੀ ਠੰਡੀ ਪਤਾ ਲੱਗ ਗਿਆ ਜੀ ਪਤਾ ਲੱਗ ਗਿਆ ਮਾੜਾ ਘੁਮਾ ਹੀ ਲਓ ਬਸ ਠੀਕ ਆ ਇੱਥੇ ਘੁਮਾ ਲਓ ਕੋਈ ਨੀ ਘੁਮਾ ਲਓ ਘੁਮਾ ਲਓ ਘੁਮਾ ਲਓ ਕੋਈ ਬਿਲਕੁਲ ਜੀ ਹਾਂਜੀ ਫਿਰ ਜੀ ਬਹੁਤ ਸੋਹਣੀ ਵੱਡੀ ਝੋਟੀ ਬਾਕੀ ਠੀਕ ਆ ਭਾਜੀ ਇਹ ਕੱਪੜਾ ਸੂਈ ਹੈ ਜੀ ਇਹ ਵੀ ਰਾਤ ਦੀ ਸੂਈ ਹੈ ਅੱਛਾ ਇਹ ਵੀ ਰਾਤ ਦੀ ਸੂਈ ਇਹ ਦੋਨੇ ਇਕੱਠੀਆਂ ਸੂਈਆਂ ਬੜੇ ਜ਼ਬਰਦਸਤ ਪੀਸ ਕੱਢ ਕੇ ਲਿਆਉਂਦੇ ਜੀ ਹਾਂਜੀ ਹਾਂ ਝੋਟੇ ਹੈ ਅਸਲ ਜਿਹੜਾ ਨਾ ਉਹ ਕਿੱਲੇ ਕੱਢਣ ਦਾ ਕੰਮ ਨਹੀਂ ਪਰ ਉਹ ਕੰਮ ਆ ਹਨਾ ਜੀ ਖੱਡੀ ਝੀਲੀ ਬੜੀ ਮੈਂ ਹਾਂ ਬਾਕੀ ਦੋਤੀ ਭਾਜੀ ਬੜੀ ਸਿੱਤ ਹੈ ਜੀ ਅੱਛਾ ਜੀ ਇਹ ਮੈਂ ਨਾ ਪਿਛਲੇ ਸੂਏ ਆਈ ਆ ਰਾਸਤਾ ਨਾਲੋਂ ਹਾਂਜੀ ਸੇਰੇ ਦਾ ਜ਼ਰੂਰ ਖੁੱਲਣਾ ਜੋ ਹਾਂ ਕਿ ਸੂਏ ਤੇ ਜੇ ਸੂਈ ਮਿਲ ਗਈ ਠੀਕ ਕੱਟੀ ਕੱਟੀ ਹੈ ਜੀ ਮਗਰ ਕੱਟੀ ਆ ਨੀਲੀ ਕੱਟੀ ਨੀਲੀ ਵੀ ਆ ਗਈ ਆ ਨੀਲੀ ਵੀ ਕੱਟੀ ਜਮਾ ਕੱਟੀ ਨੀਲੀ ਆ ਗਈ ਪਿਓ ਇਹਦੇ ਮਰਜ਼ੀ ਬੱਚਾ ਲਾ ਕੇ ਦਿਖਾ ਹਾਂ ਲਾ ਲਓ ਬੱਚਾ ਲਾ ਲਓ ਪਹਿਲਾਂ ਇਹਦਾ ਕਿਤੇ ਜਵਾਬ ਵੇਖੋ ਕਿਤੇ ਅੱਛਾ ਜੀ ਬਹੁਤ ਆਉਂਦਾ ਇਹਦਾ ਵੀ ਲਿਆਓ ਆ ਕੱਟੀ ਬੜੀ ਸੋਹਣੀ ਆ ਗਈ ਨੀਲੀ ਦੀ ਆ ਗਈ ਪਿਓ ਜੀ ਬ
ਬੜੇ ਆਪਣੇ ਇਧਰ ਲਾ ਕੇ ਬੜੇ ਪਸ਼ੂ ਪਏ ਭਾਜੀ। ਹਾਂ ਮਿਲ ਜਾਣਾ ਮਿਲ ਜਾਣਾ ਲੈ ਦੱਸੋ। ਥਣ ਵੇਖੋ ਬਹੁਤ ਚੰਗੀ ਮੈਂ ਬਾਈ। ਆ ਦੇਖੋ ਹੁਣ ਚੈੱਕ ਕਰੋ ਕਰਾਰੇ ਥੱਲੇ ਨੇ ਗਾ ਮਾਰੋ ਮਈਆਂ ਦੁੱਧ ਕੱਢਦੇ ਲੇਵਿਆਂ ਨੇ ਕੱਢਣਾ ਜੀ ਹੋਰ ਕਿੰਨੇ ਕੱਢਣਾ। ਬਾਕੀ ਚਲੋ ਇਹਦਾ ਫਾਇਦਾ ਹੋਇਆ ਕੱਟੀ ਆ ਗਈ ਕੱਟੀ ਆ ਗਈ। ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਫਿਰ ਵੀ 95 ਕਰ ਦਿਆਂਗੇ ਇਹਦੇ ਤਿੰਨ 85,000 ਜੀ ਪੂਰੇ। ਚਲੋ ਠੀਕ ਆ ਬਿਲਕੁਲ ਜੀ। ਚਲੋ ਇਹ ਪਹਿਲਾ ਸੂਆ ਅੱਛਾ ਆਹ ਕੱਟੀ ਹੈ ਜੀ ਠੀਕ ਆ। ਪਹਿਲਾ ਸੂਗਾ 6 ਜਾਨ ਦਾ ਠੀਕ ਆ ਜੀ। ਆ ਜਾਓ ਹਜ਼ਾਰ ਹੀ ਹੋਰ ਕਰ ਦੋ ਨਵਾਂ ਸਾਲ ਦਸ ਕਿਲੋ ਧਾਰਾ ਇੱਥੇ ਮਿਲ ਕੇ ਲੈ ਜਾ ਦੋ ਟਾਈਮ ਤਿੰਨ ਟਾਈਮ ਜਿਹੜਾ ਮਰਜ਼ੀ ਆਪਣੇ ਸਲਾਹ ਕਰੇ। ਚਲੋ ਠੀਕ ਆਪਣੇ ਘਰ ਦੀ ਗਰੰਟੀ ਦਵਾਂਗੇ ਠੀਕ ਆ ਵੀਰ ਜੀ। ਇਹ ਜੀ ਇਹ ਗਊ ਜੇ ਗੱਬਣ ਹਾਂਜੀ ਇਹ ਗੱਬਣ ਜੀ ਇਹ ਇੱਕ ਹਫਤਾ ਰਹਿੰਦਾ ਜੇ ਦਾ ਲੋ ਜੀ ਦੇਖੋ ਚਲੋ ਸੋਹਣੀ ਵੇਣ ਆ ਨਾ ਜੀ ਕਰੋਸ ਟੈਪ ਆ ਗਈ ਆ ਵੱਡੀ ਵੱਡੀ ਠੀਕ ਨੀ ਹੁੰਦੀ ਹਾਂ
ਹਾਂਜੀ ਭਾਜੀ ਫਿਰ ਸੰਦੀਪ ਜੀ ਬੈਠ ਤਾਂ ਬੜੀ ਚੰਗੀ ਇਹਦਾ ਭਾਵੇਂ 50 ਹੀ ਕਰ ਲਈਏ ਤਾਂ ਵੀ ਕੋਈ ਗੱਲ ਨੀ ਜਾਇਜ਼ ਵਾ ਵੈਸੇ ਜਿਹੜੇ ਹਿਸਾਬ ਨਾਲ ਬਾਹਰ ਵਾ ਸਹੀ ਗੱਲ ਮੁੱਲ 45,000 ਦੇਖੋ ਜੀ ਆਹ ਪਸ਼ੂ ਪਾਈਗਾ ਜੀ ਪਰ ਮੇਰੇ ਵੀ ਚੁਆਈ ਕਰਕੇ ਚੈੱਕ ਕਰਕੇ ਪਾਸ ਕਰਾਣਾ ਭਾਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਚਲੋ ਬੋਲੋ ਨੰਬਰ ਜੀ ਨੰਬਰ ਸੁਨੀਲ ਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤਹਿਸੀਲ ਬਾਬਾ ਕਾਲਾ ਪਿੰਡ ਤਮੋਵਾਲ ਠੀਕ ਆ ਨੰਬਰ 84465-6094 ਠੀਕ ਆ 98-720-9473 ਦੋਵੇਂ ਨੰਬਰ ਚੱਲਦੇ ਸਤਿ ਸ਼੍ਰੀ ਅਕਾਲ।